ਸਰ ਸ਼ਿਕਾਲ ਜੀ ਮੈਂ ਲਾਪਰਿਤਕਰ ਹਾਜ਼ਰਨਾ ਸੀ ਲਖਵਿੰਦਰ ਸਿੰਘ ਸੰਧੂ ਦੁਆਰਾ ਲਿਖਿਆ ਗਿਆ ਨਾਵਲ ਅਦੂਰਾ ਬਚਪਨ ਦਾ ਭਾਗ ਤੀਜਾ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਮੱਖੀ ਨੇ ਵੀ 2 ਪੈ ਮਹੀਨੇ ਦੀ ਕਿਸ਼ਤ ਵਾਲੀ ਸਕੀਮ 'ਚ ਪੈਸੇ ਲਾ ਦਿੱਤੇ ਹੌਲੀ ਹੌਲੀ ਉਸ ਕੁੜੀ ਦਾ ਮੱਖੀ ਘੂਲ ਆਉਣਾ ਜਾਣਾ ਵੱਧ ਗਿਆ ਉਸ ਨੇ ਆਪਣੀ ਰਹਿਣ ਦੀ ਸਮੱਸਿਆ ਜ਼ਾਹਿਰ ਕੀਤੀ ਉਸ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਜ਼ਿਲ੍ਹੇ ਦੀ ਆ ਤੇ ਨੌਕਰੀ ਲਈ ਇੱਥੇ ਆਈ ਆ ਪਹਿਲਾਂ ਉਹ ਕਿਸੇ ਸਹੇਲੀ ਨਾਲ ਰਹਿੰਦੀ ਸੀ ਹੁਣ ਉਸਦੀ ਸਹੇਲੀ ਦਾ ਵਿਆਹ ਹੋ ਗਿਆ ਤੇ ਉਸ ਨੂੰ ਰਹਿਣ ਦੀ ਸਮੱਸਿਆ ਆ ਗਈ ਆਂਟੀ ਮੈਨੂੰ ਕੋਈ ਰਹਿਣ ਦਾ ਟਿਕਾਣਾ ਲੱਭ ਦਿਓ ਉਸਨੇ ਮਾਖੀ ਨੂੰ ਕਿਹਾ ਰਹਿਣ ਨੂੰ ਤਾਂ ਭਵੇਂ ਤੂੰ ਸਾਡੇ ਨਾਲ ਹੀ ਰਹਿ ਜਾਵੇਂ ਪਰ ਮੈਨੂੰ ਤੇਰੇ ਅੰਕਲ ਤੋਂ ਪੁੱਛਣਾ ਪੈਣਾ ਮੈਂ ਅੱਜ ਹੀ ਗੱਲ ਕਰਦੀ ਆਂ ਜੇ ਉਹ ਮੰਨ ਗਏ ਤਾਂ ਤੂੰ ਫਿਰ ਸਾਡੇ ਨਾਲ ਹੀ ਰਹਿ ਜਾਇ ਮਾਖੀ ਨੇ ਕਿਹਾ ਆਂਟੀ ਬਸ ਦੋ ਖ ਮਹੀਨਿਆਂ ਦੀ ਗੱਲ ਆ ਫਿਰ ਮੇਰੀ ਬਦਲੀ ਹੋ ਜਾਣੀ ਆ ਸਿਮਾ ਮਾਖੀ ਨੂੰ ਕਿਹਾ ਅਗਲੇ ਦਿਨ ਮਾਖੀ ਨੇ ਹਰਦੇਵ ਸਿੰਘ ਨਾਲ ਗੱਲ ਕੀਤੀ ਵੀ ਦੋ ਮਹੀਨਿਆਂ ਦੀ ਗੱਲ ਆ ਹਰਦੇਵ ਸਿੰਘ ਨੂੰ ਕੋਈ ਇਤਰਾਜ਼ ਨਹੀਂ ਸੀ ਕਿਉਂਕਿ ਉਸਨੇ ਤਾਂ ਰਾਤ ਨੂੰ ਹੀ ਘਰੇ ਆਉਣਾ ਹੁੰਦਾ ਸੀ ਉਸਦੇ ਹਾਂ ਕਰਦੇ ਹੀ ਉਹ ਕੁੜੀ ਆਪਣਾ ਸਮਾਨ ਲੈ ਆਈ ਉਹ ਮਾਖੀ ਨਾਲ ਰਸੋਈ 'ਚ ਮਦਦ ਕਰਵਾ ਦਿੰਦੀ ਬੱਚਿਆਂ ਨੂੰ ਪੜਾ ਦਿੰਦੀ ਇਸ ਦੇ ਬਦਲੇ ਉਹ ਤਿੰਨ ਟਾਈਮ ਰੋਟੀ ਵੀ ਮਾਖੀ ਕੋਲ ਹੀ ਖਾ ਲੈਂਦੀ ਮਾਖੀ ਨੂੰ ਵੀ ਗੱਲਬਾਤ ਲਈ ਸਹੇਲੀ ਮਿਲ ਗਈ ਸੀ ਉਹ ਸਾਰਾ ਪਰਿਵਾਰ ਇੱਕ ਕਮਰੇ 'ਚ ਸੌਂਦਾ ਤੇ ਉਹ ਕੁੜੀ ਦੂਸਰੇ ਕਮਰੇ 'ਚ ਕੱਲੀ ਸੌਂਦੀ। ਉਸ ਕੁੜੀ ਦੇ ਘਰਸ਼ ਰਿਆ ਨਾਲ ਮਾਖੀ ਤੇ ਹਰਦੀਪ ਸਿੰਘ ਦਾ ਕਲੇਸ਼ ਥੋੜਾ ਘਟ ਹੋ ਗਿਆ। ਇਸ ਗੱਲ ਦੀ ਸਭ ਤੋਂ ਵੱਧ ਖੁਸ਼ੀ ਬੱਚਿਆਂ ਨੂੰ ਹੋਈ। ਇੱਕ ਦਿਨ ਰਾਤ ਨੂੰ ਉਸ ਕੁੜੀ ਦੇ ਕਮਰੇ 'ਚੋਂ ਉਸਦੇ ਚੀਕਣ ਦੀ ਆਵਾਜ਼ ਆਈ। ਹਰਦੀਪ ਸਿੰਘ ਤਾਂ ਸ਼ਰਾਬੀ ਸੀ। ਮਾਖੀ ਤੇ ਦੀਪ ਉਸੇ ਕਮਰੇ 'ਚ ਗਏ। ਉਹ ਬਿਸਤਰ ਤੇ ਬੈਠੀ ਰੋ ਰਹੀ ਸੀ। ਮਾਖੀ ਨੇ ਉਸ ਨੂੰ ਸੰਭਾਲ ਲਿਆ। ਕੀ ਹੋਇਆ ਤੈਨੂੰ? ਇਹਨੇ ਚੀਕਾਂ ਕਿਉਂ ਮਾਰ ਰਹੀ ਸੀ ਮਾਖੀ ਨੇ ਉਸ ਨੂੰ ਜੱਫੀ ਚ ਲੈ ਪਿਆਰ ਕਰਦੇ ਆ ਕਿਹਾ ਆਂਟੀ ਜੀ ਮੈਂ ਡਰ ਗਈ ਸੀ ਮੈਨੂੰ ਕੋਈ ਡਰਾਵਣਾ ਸੁਪਨਾ ਆਇਆ ਸੀਦਰ ਅਸਲ ਮੈਂ ਇਕੱਲੀ ਕਦੇ ਕਮਰੇ ਚ ਨਹੀਂ ਸੁੱਤੀ ਸ਼ਾਇਦ ਇਸ ਕਰਕੇ ਹੋ ਗਿਆ ਉਸਨੇ ਕਿਹਾ ਹੁਣ ਤੂੰ ਠੀਕ ਆ ਮਾਖੀ ਨੇ ਪੁੱਛਿਆ ਹਾਂਜੀ ਆਂਟੀ ਜੀ ਠੀਕ ਆ ਤੁਸੀਂ ਦੀਪ ਨੂੰ ਮੇਰੇ ਕੋਲ ਪਾ ਦਿਆ ਕਰੋ ਰਾਤ ਨੂੰ ਫਿਰ ਮੈਨੂੰ ਡਰ ਨਹੀਂ ਲੱਗਣਾ ਉਸਨੇ ਕਿਹਾ ਹਾਂ ਐਵੇਂ ਠੀਕ ਆ ਸੌਣਾ ਹੀ ਆ ਇਹ ਤੇਰੇ ਕੋਲ ਸੌਂ ਜਾਇਆ ਕਰੂ ਦੀਪ ਦੀ ਮਾਂ ਨੇ ਕਿਹਾ ਉਸ ਰਾਤ ਉਹ ਹੀ ਦੀਪ ਉਸਦੇ ਕਮਰੇ ਚ ਹੀ ਨਹੀਂ ਸਗੋਸ ਨਾਲ ਉਸਦੇ ਵਿਸਤਰ ਚ ਸੌਣ ਲੱਗ ਗਿਆ ਦੀਪ ਦੀ ਮਾਂ ਨੇ ਸ਼ਾਇਦੇ ਗਲਤੀ ਬਿਨਾਂ ਸੋਚੇ ਸਮਝੇ ਕਰ ਦਿੱਤੀ ਅਗਲੀ ਰਾਤ ਹੀ ਉਹ ਕੁੜੀ ਆਵਦੀਆਂ ਗੰਦੀਆਂ ਹਰਕਤਾਂ ਦੇ ਉੱਤੇ ਰਹੀ ਉਹ ਦੀਪ ਨਾਲ ਗਲਤ ਹਰਕਤਾਂ ਕਰਨ ਲੱਗ ਗਈ ਦੀਪ ਨੇ ਰੋਣਾ ਸ਼ੁਰੂ ਕਰ ਦਿੱਤਾ ਉਸ ਨੇ ਦੀਪ ਨੂੰ ਡਰਾ ਦਿੱਤਾ ਕਿ ਜੇ ਉਸ ਨੇ ਉਸਦੀ ਗੱਲ ਨਾ ਮੰਨੀ ਤਾਂ ਉਹ ਉਸਦੀ ਮਾਂ ਨੂੰ ਕਹੋ ਦੀਪ ਮੇਰੇ ਨਾਲ ਕੰਦੀਆਂ ਹਰਕਤਾਂ ਕਰਦਾ ਹੈ ਦੀਪ ਡਰ ਗਿਆ ਡਰਦਾ ਦੀਪ ਹੁਣ ਉਸੇ ਇਸ਼ਾਰਿਆਂ ਤੇ ਨੱਚਣ ਲੱਗ ਗਿਆ ਦੀਪ ਦੀ ਉਮਰ ਉਸ ਵਕਤ ਮਹਿ ਜਈ ਸਾਡੇ 9 ਸਾਲ ਦੀ ਸੀ ਦੀਪ ਦੀ ਜ਼ਿੰਦਗੀ ਚ ਇੱਕ ਨਵਾਂ ਮੂੜ ਤੇ ਨਵਾਂ ਅਹਿਸਾਸ ਆਇਆ ਜਿਸ ਨੇ ਉਸ ਨੂੰ ਉਮਰ ਤੋਂ ਪਹਿਲਾਂ ਹੀ ਵੱਡਾ ਕਰ ਦਿੱਤਾ ਦੀਪ ਨੇ ਕਈ ਵਾਰ ਆਪਣੀ ਮਾਂ ਨੂੰ ਵੀ ਕਿਹਾ ਕਿ ਮੈਂ ਦੀਦੀ ਕੋਲ ਨਹੀਂ ਸੌਣਾ ਮੈਨੂੰ ਡਰ ਲੱਗਦਾ ਪਰ ਮਾਂ ਨੇ ਇੱਕ ਨਾ ਸੁਣੀ ਉਸ ਨੂੰ ਤਾਂ ਚਿਤਛੇਤੇ ਵੀ ਨਹੀਂ ਸੀ ਕਿ ਉਸਤੇ ਮੁੰਡੇ ਦਾ ਉਸ ਕੁੜੀ ਦੁਆਰਾ ਸਰੀਰਕ ਸ਼ੋਸ਼ਣ ਹੋ ਰਿਹਾ। ਇਹ ਸਿਲਸਿਲਾ 1 ਮਹੀਨਾ ਚੱਲਦਾ ਰਿਹਾ। ਉਸ ਤੋਂ ਬਾਅਦ ਇੱਕ ਦਿਨ ਉਹ ਕੁੜੀ ਨੇ ਮਾਖੀ ਨੂੰ ਕਿਹਾ ਕਿ ਉਹ ਆਪਣੇ ਮਾਪੇ ਨੂੰ ਮਿਲਣ ਜਾ ਰਹੀ, 2-3 ਦਿਨਾਂ ਬਾਅਦ ਵਾਪਸ ਆਏਗੀ ਤੇ ਉਹ ਬੈਗ ਲੈ ਕੇ ਘਰੋਂ ਚਲੀ ਗਈ। ਕੁਦਰਤੀ 2 ਦਿਨਾਂ ਬਾਅਦ ਉਸਦੇ ਮਾਪੇ ਹਰਦੇਵ ਸਿੰਘ ਦੇ ਘਰ ਆਪਣੀ ਬੇਟੀ ਨੂੰ ਮਿਲਣ ਆ ਗਏ। ਉਸ ਨੂੰ ਉੱਥੇ ਨਾ ਵੇਖ ਕੇ ਉਹ ਹੈਰਾਨ ਰਹਿ ਗਏ। ਉਹ ਤਾਂ 2 ਦਿਨ ਪਹਿਲਾਂ ਕਹਿ ਕੇ ਗਈ ਸੀ ਉਹ ਤੁਹਾਡੇ ਕੋਲ ਜਾ ਰਹੀ ਆ ਹਰਦੀਪ ਸਿੰਘ ਨੇ ਕਿਹਾ ਸਰਦਾਰ ਸਾਹਿਬ 2 ਮਹੀਨੇ ਹੋ ਗਏ ਸੀ ਉਸ ਨੂੰ ਮਿਲੇ ਆ ਤਾਂ ਹੀ ਅਸੀਂ ਮਿਲਣ ਆਏ ਸੀ ਉਸਦੀ ਮਹੀਨਾ ਪਹਿਲਾਂ ਇੱਕ ਚਿੱਠੀ ਆਈ ਸੀ ਜਿਸ ਵਿੱਚ ਉਸਨੇ ਦੱਸਿਆ ਸੀ ਕਿ ਉਹ ਤੁਹਾਡੇ ਘਰ ਰਹਿਣ ਲੱਗੀ ਤੇ ਤੁਹਾਡਾ ਐਡਰੈਸ ਵੀ ਲਿਖਿਆ ਸੀ ਚਿੱਠੀ 'ਚ ਉਸਦੇ ਪਿਤਾ ਨੇ ਚਿੱਠੀ ਦਿਖਾਉਂਦੀਆਂ ਕਿਹਾ ਫਿਰ ਉਹ ਕਿੱਥੇ ਚਲੀ ਗਈ ਹਰਦੀਪ ਸਿੰਘ ਨੇ ਹੈਰਾਨੀ ਨਾਲ ਪੁੱਛਿਆ ਆਹੀ ਤਾਂ ਗੱਲ ਹੈਰਾਨ ਕਰਨ ਵਾਲੀ ਆ ਕਿ ਜੀ ਉਹ ਸਾਨੂੰ ਮਿਲਣ ਗਈ ਤਾਂ ਸਾਡੇ ਕੋਲ ਪਹੁੰਚੀ ਕਿਉਂ ਨਹੀਂ ਉਸ ਦਾ ਪਿਤਾ ਬਹੁਤ ਫਿਕਰਮੰਦ ਸੀ ਤੁਹਾਡੀ ਗੱਲ ਸੁਣ ਕੇ ਤਾਂ ਮੈਨੂੰ ਵੀ ਡਰ ਲੱਗਣ ਲੱਗ ਗਿਆ ਕਿ ਉਹ ਠੀਕ ਠਾਕ ਹੋਵੇ ਹਰਦੇਵ ਸਿੰਘ ਤੇ ਮਾਖੀ ਵੀ ਡਰ ਗਏ ਸਨ ਉਸ ਦਾ ਸਮਾਨ ਕਿੱਥੇ ਆ ਸ਼ਾਇਦ ਉਸ ਤੋਂ ਕੁਝ ਪਤਾ ਲੱਗ ਸਕੇ ਉਸ ਦੇ ਪਿਤਾ ਜੀ ਨੇ ਕਿਹਾ ਉਹਨਾਂ ਨੇ ਉਸ ਦੀ ਅਲਮਾਰੀ ਦੀ ਤਲਾਸ਼ੀ ਲਈ ਤਾਂ ਇੱਕ ਮੁੰਡੇ ਦੀ ਫੋਟੋ ਮਿਲੀ ਜੋ ਫਰੇਮ ਵਿੱਚ ਫਿੱਟ ਸੀ ਇਹ ਮੁੰਡਾ ਤੁਹਾਡਾ ਕੋਈ ਰਿਸ਼ਤੇਦਾਰ ਆ ਤੁਸੀਂ ਇਸ ਨੂੰ ਜਾਣਦੇ ਹੋ ਹਰਦੇਵ ਸਿੰਘ ਨੇ ਪੁੱਛਿਆ ਨਹੀਂ ਸਰਦਾਰ ਸਾਹਿਬ ਮੈਂ ਤਾਂ ਅੱਜ ਪਹਿਲੀ ਵਾਰ ਇਸ ਨੂੰ ਵੇਖਿਆ ਇਹ ਮੁੰਡਾ ਹੈ ਕੌਣ ਤੇ ਇਸ ਦੀ ਫੋਟੋ ਮੇਰੀ ਬੇਟੀ ਕੋਲ ਕਿਉਂ ਉਸਦੇ ਪਿਤਾ ਨੇ ਹੈਰਾਨ ਹੋ ਕੇ ਕਿਹਾ ਅਸੀਂ ਵੀ ਇਸ ਮੁੰਡੇ ਨੂੰ ਕਦੇ ਨਹੀਂ ਵੇਖਿਆ ਜੀ ਮਾਕੀ ਨੇ ਕਿਹਾ ਫਿਰ ਕਿਵੇਂ ਪਤਾ ਲੱਗੇ ਇਹ ਮੁੰਡਾ ਕੌਣ ਆ ਉਸਦੇ ਪਿਤਾ ਨੇ ਭਾਵਕ ਹੁੰਦੇ ਕਿਹਾ ਇਹ ਸ਼ਾਇਦ ਮੇਰਾ ਬੇਟਾ ਦੱਸ ਦੇਵੇ ਕਿਉਂਕਿ ਉਸ ਨਾਲ ਉਹ ਕਾਫੀ ਗੱਲਾਂ ਕਰਦੀ ਸੀ ਉਹ ਰਾਤ ਨੂੰ ਵੀ ਉਸ ਸਕੂਲ ਹੀ ਸੌਂਦਾ ਸੀ ਹਰਦੀਪ ਸਿੰਘ ਨੇ ਕਿਹਾ ਤੁਹਾਡਾ ਬੇਟਾ ਕਿੱਥੇ ਆ ਉਸਦੇ ਪਿਤਾ ਨੇ ਉਮੀਦ ਹੀ ਨਜ਼ਰ ਨਾਲ ਹਰਦੀਪ ਸਿੰਘ ਵੱਲ ਵੇਖਦੇ ਪੁੱਛਿਆ ਉਹ ਸਕੂਲ ਗਿਆ ਉਸ ਨੂੰ ਆ ਜਾਣ ਦਿਓ ਆਪਾਂ ਸਭ ਪੁੱਛਦੇ ਹਾਂ ਤੁਸੀਂ ਚਿੰਤਾ ਨਾ ਕਰੋ ਸਭ ਠੀਕ ਹੋ ਜਾਊ ਇਹ ਤੁਹਾਡਾ ਹੀ ਕਰ ਹੈ ਆਰਾਮ ਨਾਲ ਬੈਠੋ ਚਾਹ ਪਾਣੀ ਪੀਓ ਉਹ ਤਾਂ ਕੁਝ ਨਹੀਂ ਸਕੂਲੋਂ ਆ ਜਾਣਾ ਹਰਦੀਪ ਸਿੰਘ ਨੇ ਉਸ ਨੂੰ ਹੌਸਲਾ ਦਿੱਤਾ ਦੀਪ ਸਕੂਲ ਤੋਂ ਆਇਆ ਤਾਂ ਉਸ ਨੇ ਦੱਸਿਆ ਇਹ ਮੁੰਡਾ ਦੀਦੀ ਦਾ ਦੋਸਤ ਆ ਉਸ ਨੇ ਮੈਨੂੰ ਦੱਸਿਆ ਸੀ ਉਹ ਆਪਣੇ ਇਸ ਦੋਸਤ ਨਾਲ ਸ਼ਿਮਲੇ ਗਈ ਆ ਦੋ ਤਿੰਨ ਦਿਨਾਂ ਤੱਕ ਵਾਪਸ ਆਉਗੀ ਇਹ ਵੀ ਉਹ ਮੈਨੂੰ ਦੱਸ ਕੇ ਗਈ ਆ ਦੀਪ ਨੇ ਬੱਚਿਆਂ ਵਾਂਗ ਸਾਰੀ ਗੱਲ ਸੱਚ ਦੱਸ ਦਿੱਤੀ ਫਿਰ ਤੂੰ ਸਾਨੂੰ ਕਿਉਂ ਨਹੀਂ ਦੱਸਿਆ ਹਰਦੀਪ ਸਿੰਘ ਨੇ ਦੀਪ ਨੂੰ ਡਾਟਦੇ ਹੋਏ ਕਿਹਾ ਦੀਦੀ ਨੇ ਮਨਾ ਕੀਤਾ ਸੀ ਪਾਪਾ ਦੀਪ ਨਹੀਂ ਡਰਦੀ ਡਰਦੀ ਨਹੀਂ ਫੇਰ ਕਿਹਾ ਹੁਣ ਉਸ ਕੁੜੀ ਦੇ ਵਾਪਸ ਆਉਣ ਦਾ ਇੰਤਜ਼ਾਰ ਸੀ ਉਸ ਦੇ ਮਾਂ-ਬਾਪ ਇੱਕ ਦਿਨ ਹਰਦੇਵ ਸਿੰਘ ਦੇ ਘਰ ਰਹੇ ਦੀਪ ਦੇ ਦੱਸਣ ਮੁਤਾਬਿਕ ਅੱਜ ਜਾ ਕੇ ਲ ਉਸ ਕੁੜੀ ਨੇ ਵਾਪਸ ਆ ਜਾਣਾ ਸੀ ਅਗਲੇ ਦਿਨ ਉਹ ਕੁੜੀ ਵਾਪਸ ਆ ਗਈ ਮਾਖੀ ਦੇ ਹਰਦੇਵ ਸਿੰਘ ਨੇ ਉਸ ਨੂੰ ਠੀਕ ਠਾਕ ਵੇਖ ਕੇ ਸੁੱਖ ਦਾ ਸਾ ਲਿਆ ਉਸ ਦੇ ਮਾਂ-ਬਾਪ ਉਸ ਨੂੰ ਨਾਲ ਲੈ ਗਏ ਤੇ ਦੀਪ ਦੀ ਵੀ ਜਾਨ ਛੁੱਟੀ ਸਕੂਲ ਵਿੱਚ ਦੀਪ ਦੀ ਪੜਾਈ ਔਖੀ ਹੁੰਦੀ ਗਈ ਤੇ ਘਰ ਉਸ ਨੂੰ ਕੰਮ ਵਾਦਾ ਗਿਆ। ਉਹਦਾ ਟਿਊਸ਼ਨ ਵਾਲਾ ਮਾਸਟਰ ਹੀ ਸੀ ਜੋ ਉਸ ਦੀ ਕੁੱਟ ਮਾਰ ਕਰਕੇ ਉਸ ਨੂੰ ਕਲਾਸ ਦੇ ਬਰਾਬਰ ਲੈ ਆਉਂਦਾ ਸੀ। ਨਹੀਂ ਤਾਂ ਦੀਪਕੂਲ ਪੜ੍ਹਨ ਦਾ ਉਹਨਾਂ ਟਾਈਮ ਨਹੀਂ ਹੁੰਦਾ ਸੀ ਜਿੰਨਾ ਉਸ ਨੂੰ ਚਾਹੀਦਾ ਸੀ। ਪਰ ਉਸ ਦੀ ਸਕੂਲ ਡਰੈਸਾ ਹਾਲ ਅੱਗੇ ਤੋਂ ਵੀ ਬੁਰਾ ਹੋ ਗਿਆ ਸੀ। ਇਸ ਸਾਲ ਸਕੂਲ ਦੀ ਪੈਂਟ ਉਸ ਦੀ ਛੋਟੀ ਹੋ ਗਈ ਪਰ ਉਸ ਦੀ ਮਾਂ ਨੇ ਪੈਸੇ ਦੀ ਕਮੀ ਦੇ ਚਲਦਿਆਂ ਨਮੀ ਨਾ ਲੈ ਕੇ ਦਿੱਤੀ। ਉਹੀ ਤੰਗ ਤੇ ਛੋਟੀ ਪੈਂਟ ਪਵਾ ਕੇ ਉਸ ਨੂੰ ਸਕੂਲ ਭੇਜਦੀ। ਉਹ ਸਭ ਤੋਂ ਵੱਖਰਾ ਲੱਗਦਾ। ਮੈਡਮ ਵੀ ਡਾਇਰੀ 'ਚ ਨੋਟਦੀ ਦੇ ਕਿ ਕਮਲੀ ਹੋ ਗਈ। ਪਰ ਘਰੇ ਉਸਦੀ ਡਾਇਰੀ ਕੋਈ ਨਹੀਂ ਸੀ ਪੜਦਾ। ਉਸਦਾ ਸਕੂਲ ਬੈਗ ਵੀ ਪਿਛਲੇ ਸਾਲ ਵਾਲਾ ਹੀ ਸੀ। ਉਹ ਵੀ ਰੱਜ ਕੇ ਮੈਲਾ ਸੀ। ਪੜਾਈ 'ਚ ਤਾਂ ਭਾਵੇਂ ਉਹ ਹੁਣ ਠੀਕ ਸੀ ਪਰ ਉਸੇ ਡਰੈੱਸ ਵੇਖ ਕੇ ਮੈਡਮ ਉਸਨੂੰ ਸਭ ਤੋਂ ਪਿਛਲੇ ਬੈਂਚ 'ਤੇ ਬਿਠਾਉਂਦੀ। ਉਸਨੂੰ ਸਭ ਯਾਦ ਹੁੰਦਾ ਪਰ ਡਰਦਾ ਸੁਣਾਉਂਦਾ ਨਾ। ਉਸਨੂੰ ਲੱਗਦਾ ਸਭ ਉਸਵਲ ਵੇਖ ਕੇ ਹੱਸਣਗੇ। ਕਲਾਸ ਦਾ ਕੋਈ ਵੀ ਬੱਚਾ ਉਸਦਾ ਦੋਸਤ ਨਹੀਂ ਸੀ। ਸਕੂਲ ਵਿੱਚ ਦੀ ਬਿਲਕੁਲ ਚੁੱਪ ਤੇ ਇੱਕ ਡਰਪੂਕ ਬੱਚਾ ਸੀ ਪਰ ਘਰ ਵਿੱਚ ਉਸਦੀ अहमियत ਬਹੁਤ ਸੀ ਉਸ ਤੋਂ ਬਿਨਾ ਮੱਝਾਂ ਨੂੰ ਕੋਈ ਨਹਾਉਂਦਾ ਸੀ ਨਾ ਹੀ ਕੋਈ ਹਰੇ ਪੱਠੇ ਢਾਲ ਤੋਂ ਲਿਆਉਂਦਾ ਸੀ ਮੱਝਾਂ ਲਈ ਖਲਦੀ ਬੋਰੀ ਵੀ ਦੀਪ ਹੀ ਖਰੀਦ ਕੇ ਲਿਆਉਂਦਾ ਇਸ ਲਈ ਉਸ ਨੂੰ ਤਿੰਨ ਗੀੜੇ ਲਾਉਣੇ ਪੈਂਦੇ ਪਹਿਲਾਂ ਉਹ ਖਲਦੀ ਬੋਰੀ ਦਾ ਰੇਟ ਦੁਕਾਨਾਂ ਤੋਂ ਪੁੱਛ ਕੇ ਆਉਂਦਾ ਪਹਿਲੇ ਗੀੜੇ ਉਹ ਘਰ ਆ ਕੇ ਮਾਂ ਨੂੰ ਖਲਦੀ ਬੂਰੀ ਦਾ ਰੇਟ ਦੱਸਦਾ ਦੂਜੇ ਗੀੜੇ ਮਾਂ ਨੂੰ ਉਸ ਨੂੰ ਕਹਿਣਾ ਪੈਸੇ ਕੱਟ ਕਰਵਾ ਕੇ ਆ ਤੀਜੀ ਗਿਹੜੇ ਉਹ ਮਾਂ ਤੋਂ ਪੈਸੇ ਲੈ ਕੇ ਬੁਰੀ ਖੀਰ ਕੀ ਲਿਆਉਂਦਾ ਉਸਦੀ ਮਾਂ ਜਾਣੀ ਮਾਂ ਖੀ ਆ ਬਜ਼ਾਰ ਨਹੀਂ ਜਾਂਦੀ ਸੀ ਪਰ ਦੀਪ ਨੇ ਘਰ ਬੈਠੀ ਮਾਂ ਨੂੰ ਸਾਰੇ ਬਜ਼ਾਰ ਦਾ ਪੀਤੀ ਕਰ ਦਿੱਤਾ ਸੀ ਉਸ ਨੂੰ ਦੁਕਾਨਦਾਰਾਂ ਦੇ ਨਾਂ ਵੀ ਯਾਦ ਹੋ ਗਏ ਸਨ ਪ੍ਰਾਇਮਰੀ ਸੈਕਸ਼ਨ 'ਚ ਮਨੀਂਦਰ ਦਾ ਹੀ ਆਖਰੀ ਸਾਲ ਸੀ ਅਗਲੇ ਸਾਲ ਉਸੇ ਹਾਈ ਸੈਕਸ਼ਨ 'ਚ ਜਾਣਾ ਸੀ ਸਕੂਲ ਪੰਮੇ ਇੱਕੋ ਹੀ ਸੀ ਪਰ ਸੈਕਸ਼ਨ ਅਲੱਗ-ਅਲੱਗ ਬਣੇ ਸਨ ਪ੍ਰਾਇਮਰੀ ਸੈਕਸ਼ਨ ਦੀ ਸਵੀਰ ਦੀ ਅਸੈਂਬਲੀ ਵੀ ਅਲੱਗ ਹੁੰਦੀ ਸੀ ਉਧਰ ਹਰਦੀਪ ਸਿੰਘ ਦੀ ਪੱਠੇ ਦਾ ਕੰਮ ਦਿਨੋਂ ਦਿਨ ਘਟਦਾ ਜਾ ਰਿਹਾ ਸੀ ਬਾਪੂ ਜੀ ਨੇ ਵੀ ਉਸ ਨੂੰ ਪੈਸੇ ਦੇਣੇ ਲਗਭਗ ਬੰਦ ਹੀ ਕਰ ਦਿੱਤੇ ਸਨ ਹਰਦੀਪ ਸਿੰਘ ਦੇ ਛੋਟੇ ਭਰਾ ਨੇ ਬਾਪੂ ਜੀ ਨੂੰ ਹਰਦੀਪ ਸਿੰਘ ਦੇ ਪੂਰੀ ਤਰ੍ਹਾਂ ਖਿਲਾਫ ਕਰ ਦਿੱਤਾ ਸੀ ਹੁਣ ਘਰ ਦਾ ਸਾਰਾ ਖਰਚਾ ਤੇ ਬੱਚਿਆਂ ਦੀ ਫੀਸ ਵਗੈਰਾ ਸਭ ਮੱਖੀ ਦੀ ਦੁੱਧ ਦੀ ਕਮਾਈ ਤੇ ਨਿਰਭਰ ਕਰਦੀ ਸੀ ਮੱਖੀ ਨੇ ਇੱਕ ਮੰਜ ਆਪਣੇ ਪਿਤਾ ਵਿਰਿਆਮ ਸਿੰਘ ਨੂੰ ਵੀ ਲੈ ਲਏ ਹਣ ਮੱਝਾਂ 2 ਤੋਂ 3 ਹੋ ਗਈਆਂ। ਮਾਕੀ ਨੇ ਹੁਣ ਦੁੱਧ 'ਚ ਪਾਣੀ ਮਿਲਾਉਣਾ ਸ਼ੁਰੂ ਕਰ ਦਿੱਤਾ ਤਾਂ ਜੋ ਹਰ ਰੋਜ਼ ਦੀ ਪੱਠਿਆਂ ਦਾ ਖਰਚਾ ਨਿਕਲ ਸਕੇ। ਦੀਪ ਹੁਣ ਕਈ ਵਾਰੀ ਅੱਧੀ ਛੁੱਟੀ ਆ ਕੇ ਵੀ ਮੱਝਾਂ ਨੂੰ ਸੰਨੀ ਕਰਕੇ ਜਾਂਦਾ। ਉਸ ਦਾ ਸਕੂਲ ਘਰ ਦੇ ਨੇੜੇ ਹੀ ਸੀ। ਉਸ ਨੂੰ ਸਕੂਲ ਨਾਲੋਂ ਘਰ ਦਾ ਕੰਮ ਕਰਨਾ ਜ਼ਿਆਦਾ ਵਧੀਆ ਲੱਗਦਾ ਸੀ ਕਿਉਂਕਿ ਸਕੂਲ ਵਿੱਚ ਬੱਚੇ ਉਸ ਦਾ ਮਜ਼ਾਕ ਉਡਾਉਂਦੇ ਸਨ। ਉਹ ਹੀਣ ਭਾਵਨਾ ਦਾ ਸ਼ਿਕਾਰ ਹੋ ਗਿਆ ਸੀ। ਉਸ ਨੂੰ ਲੱਗਦਾ ਸੀ ਕਿ ਉਹ ਬਾਕੀ ਬੱਚਿਆਂ ਵਰਗਾ ਨਹੀਂ ਉਸ ਵਿੱਚ ਕੁਝ ਕਮੀ ਆ ਜੋ ਬਾਕੀ ਬੱਚੇ ਉਸ ਨੂੰ ਆਪਣੇ ਨਾਲ ਨਹੀਂ ਸਿਰ ਲਾਉਂਦੇ ਆਪਣੀ ਨਾਕਾਮੀ ਹਰਦੇਵ ਸਿੰਘ ਸ਼ਰਾਬੀ ਕੀ ਲਕਾਉਂਦੀ ਕੋਸ਼ਿਸ਼ ਕਰਦਾ ਹੁਣ ਉਹ ਦਿਨ ਨੂੰ ਵੀ ਸ਼ਰਾਬ ਪੀਣ ਲੱਗ ਗਿਆ ਉਹ ਪੱਠੇ ਤੇ ਵੀ ਕਈ ਵਾਰ ਸ਼ਰਾਬੀ ਕੇ ਚੱਲਿਆ ਜਾਂਦਾ ਘਰ ਦੀ ਇਸ ਬਦਹਾਲੀ ਦਾ ਸਭ ਤੋਂ ਮਾੜਾ ਅਸਰ ਬੱਚਿਆਂ ਤੇ ਪਿਆ ਖਾਸ ਤੌਰ ਤੇ ਦੀਪ ਤੇ ਦੀਪ ਇਮੋਸ਼ਨਲ ਬੱਚਾ ਸੀ ਕਰਸ਼ਵਦ ਹਾਲੀ ਦੇ ਨਾਲ-ਨਾਲ ਘਰ ਦਾ ਕਲੇਸ਼ ਵੀ ਵਧ ਗਿਆ ਹੁਣ ਮਾਖੀ ਵੀ ਕਿਉਂਕਿ ਉਹ ਘਰ ਦਾ ਖਰਚਾ ਆਪ ਚਲਾਉਂਦੀ ਹਰਦੀਪ ਸਿੰਘ ਨਾਲ ਲੜ ਪੈਂਦੀ ਹਰਦੀਪ ਸਿੰਘ ਗੁੱਸੇ ਚ ਜਾ ਕੇ ਕੁੱਟਮਾਰ ਕਰਦਾ ਦੀਪ ਹੁਣ ਅੱਗੇ ਹੋ ਕੇ ਮਾਂ ਦੀ ਥਾਂ ਆਪ ਸੁੱਟੀਆਂ ਖਾ ਲੈਂਦਾ ਇੱਕ ਦਿਨ ਮਾਖੀ ਨੇ ਵੀ ਗੁੱਸੇ ਚ ਜਾ ਕੇ ਹਰਦੀਪ ਸਿੰਘ ਨੂੰ ੱੱਕਾ ਦੇ ਦਿੱਤਾ ਤੇ ਉਹ ਮੰਝੇ ਤੇ ਡਿੱਗ ਪਿਆ ਉਸ ਨੂੰ ਇੰਨਾ ਗੁਸਾਇਆ ਕਿ ਉਹ ਅੰਦਰੋਂ ਰਿਵਾਲਵਰ ਲੈਣ ਚਲਾ ਗਿਆ ਉਸ ਨੂੰ ਗੁੱਸੇ ਵਿੱਚ ਵੇਖ ਕੇ ਮਾਕੀ ਬੱਚਿਆਂ ਸਮੇਤ ਭੱਜ ਕੇ ਦੂਸਰੇ ਕਮਰੇ ਵਿੱਚ ਚਲੀ ਗਈ ਤੇ ਉਸਨੇ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ ਗੁੱਸੇ 'ਚ ਆਏ ਹਰਦੀਪ ਸਿੰਘ ਨੇ ਕਮਰੇ ਦੀ ਖਿੜਕੀ ਖੋਲ ਕੇ ਰਿਵਾਲਵਰ ਦੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਰਿਵਾਲਵਰ ਦੀਆਂ ਗੋਲੀਆਂ ਸਾਹਮਣੀ ਕੰਧ ਵਿੱਚ ਵੱਜੀ ਗਈਆਂ ਮਾਕੀ ਤੇ ਬੱਚੇ ਕਮਰੇ ਦੇ ਇੱਕੂੰ ਜਿਹਾ ਸੈਮੇ ਖੜੇ ਸਨ ਜਦੋਂ ਹਰਦੀਪ ਸਿੰਘ ਨਸ਼ੇ ਦੀ ਹਾਲਤ 'ਚ ਸੋ ਗਿਆ ਫਿਰ ਮਾਕੀ ਤੇ ਬੱਚੇ ਬਾਹਰ ਆਏ ਦੀਪ ਨੇ ਹਰਦੀਪ ਦੇ ਹੱਥ 'ਚੋਂ ਰਿਵਾਲਵਰ ਲੈ ਕੇ ਟਰੰਕ ਚਿਲ ਕੋ ਦਿੱਤਾ ਮਾਖੀ ਨੇ ਤਿੰਨੇ ਜਵਾਬ ਲੈ ਤੇ ਪੇਕੇ ਜਾਣ ਲਈ ਬੱਸ ਸਟੈਂਡ ਵੱਲ ਚੱਲ ਪਈ ਅਜੇ ਉਹ ਘਰ ਤੋਂ ਥੋੜੀ ਦੂਰ ਹੀ ਗਈ ਸੀ ਕਿ ਉਸ ਨੂੰ ਮੱਝਾਂ ਦਾ ਖਿਆਲ ਆਇਆ ਪਰ ਉਹ ਘਰ ਵਾਪਸ ਨਹੀਂ ਜਾਣਾ ਚਾਹੁੰਦੀ ਸੀ ਉਸ ਨੇ ਦੀਪ ਨੂੰ ਕਿਹਾ ਉਹਨਾਂ ਬੇਜਵਾਨਾਂ ਦਾ ਪਾਪ ਕਿਉਂ ਲੈਣਾ ਤੂੰ ਸੰਭਾਲ ਲਵੇਂਗਾ ਉਹਨਾਂ ਨੂੰ ਦੋ ਦਿਨ ਮਾਖੀ ਨੇ ਦੀਪ ਤੋਂ ਪੁੱਛਿਆ ਸੰਭਾਲ ਤਾਂ ਲਵਾਂਗਾ ਪਰ ਤਾਰਾਂ ਕੌਣ ਕੱਢੂ ਦੀਪਾ ਜੀ ਛੋਟਾ ਸੀ ਉਸ ਨੂੰ ਮੱਝ ਦੀ ਧਾਰ ਕੱਢਣੀ ਨਹੀਂ ਸਿਉਂਦੀ ਦੂਜੀ ਧਾਰਾਂ ਕੱਢ ਦਿਆ ਕਰੋ ਤੋ ਸਾਰਾ ਦੁੱਧ ਮਿੰਕੀ ਉਸ ਨੂੰ ਪਾ ਦੇ ਦੋਨੋਂ ਡੰਗ ਤੇ ਲੇਖ ਲਵੀ ਨੜੇ ਆਪਦੇ ਪਾਪਾ ਦਾ ਖਿਆਲ ਰੱਖੀ ਐਨਾ ਕਹਿ ਕੇ ਉਸ ਨੇ ਦੀਪ ਨੂੰ ਵਾਪਸ ਘਰ ਮੋੜ ਦਿੱਤਾ ਤੇ ਆਪੀ ਕੇ ਪਹੁੰਚ ਗਈ ਘਰ ਆ ਕੇ ਦੀਪ ਨੇ ਵੇਖਿਆ ਕਿ ਉਸਦੇ ਪਾਪਾ ਜੀ ਵੀ ਨਸ਼ੇ ਵਿੱਚ ਸੁੱਤੇ ਹੋਏ ਨੇ ਉਸ ਨੇ ਟਾਈਮ ਨਾਲ ਮੱਝਾਂ ਦਾ ਕੰਮ ਕੀਤਾ ਦੋਜੀ ਤੋਂ ਤਿੰਨ ਮਜਾਂ ਦੀ ਧਾਰ ਕੜਵਾਈ ਤੇ ਥੋੜਾ ਦੁੱਧ ਘਰ ਲਈ ਰੱਖ ਕੇ ਬਾਕੀ ਉਸਨੇ ਦੋਜੀ ਨੂੰ ਪਾ ਦਿੱਤਾ ਉਹ ਦੁੱਧ ਲੈ ਕੇ ਘਰ ਆਇਆ ਉਸ ਜਮਾਨੇ ਵਿੱਚ ਬੱਤੀਆਂ ਵਾਲੇ ਦੇ ਸਟੋਵ ਹੁੰਦੇ ਸਨ ਉਸਨੇ ਸਟੋਵ ਵਾਲੇ ਆ ਤੇ ਦੁੱਧ ਗਰਮ ਕੀਤਾ ਉਸ ਵਿੱਚ ਚੀਨੀ ਪਾ ਕੇ ਰੱਖ ਦਿੱਤਾ ਚਰੋਦੀਪ ਨੇ ਸਟੋਵ ਤੋਂ ਦੁੱਧ ਗਰਮ ਉਤਾਰਿਆ ਤਾਂ ਉਸੇ ਗਰਮ ਪਤੀਲਾ ਲੱਗ ਗਿਆ ਤੇ ਹੱਥ ਦੀਆਂ ਤਿੰਨ ਉਂਗਲਾਂ ਨੂੰ ਸੀਖ ਲੱਗ ਗਿਆ ਤੇ ਉਹ ਤੜ ਫੋਟਿਆ ਉਹ ਦੱਸਦਾ ਤਾਂ ਕਿਸ ਨੂੰ ਦੱਸਦਾ ਪਿਓ ਸ਼ਰਾਬੀ ਹਾਲਤ ਵਿੱਚ ਪਿਆ ਸੀ ਦੀ ਮਾਂ ਛੋਟੇ ਦੋਵੇਂ ਬੱਚਿਆਂ ਨੂੰ ਲੈ ਕੇ ਪੀਕੇ ਜਾਵੜੀ ਉਸਨੇ ਉਂਗਲਾਂ ਤੇ ਪੇਸਟ ਲਾ ਲਿਆ ਉਸਦੀ ਮਾਂ ਵੀ ਇਸ ਤਰ੍ਹਾਂ ਹੀ ਕਰਦੀ ਹੁੰਦੀ ਸੀ ਉਹ ਆਪਣੇ ਪਿਤਾ ਦੇ ਜਾਗਣ ਦਾ ਇੰਤਜ਼ਾਰ ਕਰਨ ਲੱਗਾ ਇਸ ਵਕਤ ਉਸਦੀ ਉਮਰ 10 ਸਾਲ ਤੋਂ ਵੀ ਘੱਟ ਸੀ ਉਸ ਦਾ ਟਿਊਸ਼ਨ ਵਾਲਾ ਮਾਸਟਰ ਘਰ ਪੜ੍ਹਾਉਣ ਆਇਆ ਪਰ ਘਰ ਦੇ ਹਾਲਾਤ ਵੇਖ ਉਹ ਬਿਨਾਂ ਪੜ੍ਹਾਏ ਹੀ ਵਾਪਸ ਚਲਾ ਗਿਆ ਉਹਦਰ ਮਾਖੀ ਨੇ ਪੀਕੇ ਜਾ ਕੇ ਰੋਣਾ ਸ਼ੁਰੂ ਕੀਤਾ ਚਾਚਾ ਜੀ ਅੱਜ ਤਾਂ ਉਹਨੇ ਮੈਨੂੰ ਤਿੰਨੇ ਜਵਾਕਾਂ ਸਵੀਤ ਮਾਰ ਹੀ ਦੇਣਾ ਸੀ ਉਹ ਤਾਂ ਸਾਡੀ ਕਿਸਮਤ ਹੀ ਚੰਗੀ ਜੋ ਬਚ ਗਏ ਪੂਰੀਆਂ 6 ਗੁਣੀਆਂ ਚਲਾਈਆਂ ਸੀ ਸਾਡੇ ਤੇ ਮਾਖੀ ਨੇ ਆਪਣੇ ਪਿਤਾ ਨੂੰ ਕਿਹਾ ਉਹ ਸਿਆਣਾ ਬਿਆਣਾ ਪੜਿਆ ਲਿਖਿਆ ਬੰਦਾ ਉਹ ਕਮਲਾ ਸੀ ਜਿਸ ਨੇ ਆਪਦੇ ਜਵਾਕਾਂ ਤੇ ਗੁਣੀਆਂ ਚਲਾ ਦਿੱਤੀਆਂ ਤੇਰਾ ਹੀ ਕੋਈ ਕਸੂਰ ਹੋਊ ਕੁੜੀਏ ਤੂੰ ਦੱਸ ਕੇ ਆਈਂ ਆ ਉਸ ਨੂੰ ਬ੍ਰਿਯਾਮ ਸਿੰਘ ਨੇ ਗੁੱਸੇ ਨਾਲ ਪੁੱਛਿਆ ਨਹੀਂ ਚਾਚਾ ਜੀ ਉਹ ਤਾਂ ਸ਼ਰਾਬੀ ਸੀ ਦੀਪ ਨੂੰ ਉਹਨਾਂ ਕੋਲ ਛੱਡ ਕੇ ਮੈਂ ਆ ਗਈ ਮਾਖੀ ਨੇ ਕਿਹਾ ਇਸ ਵਾਸਤੇ ਵਿਆਹ ਹੈ ਅਸੀਂ ਤੈਨੂੰ ਤੂੰ ਕਿਹੜਾ ਮੂੰਹ ਲੈ ਕੇ ਆ ਗਈ ਮੇਰੇ ਕੋਲ ਤੂੰ ਸੁਪੋਰਾ ਪਰ ਜਵਾਕ ਨੂੰ ਸ਼ਰਾਬੀ ਕੋਲ ਛੱਡਾਈ ਬਰਿਆਮ ਸਿੰਘ ਨੇ ਹੋਰ ਵੀ ਗੁੱਸੇ ਹੁੰਦੇ ਕਿਹਾ ਮਾਖੀ ਰੋ ਰਹੀ ਸੀ ਲੈ ਤੂੰ ਵੀ ਕਮਾਲ ਕਰਦਾ ਹੋਰ ਇਹ ਕਿੱਥੇ ਜਾਂਦੀ ਜੇ ਇੱਥੇ ਨਾ ਆਉਂਦੀ ਤਾਂ ਉਸ ਵਿਚਾਰੇ ਦਾ ਰੋ ਰੋ ਬੁਰਾ ਹਾਲ ਇਹ ਉਤੋਂ ਹੋਰ ਗੁੱਸੇ ਹੋਈ ਜਾਂਦਾ ਕਿਹੋ ਜਿਹਾ ਪਿਆਉ ਆ ਤੂੰ ਮਾਖੀ ਦੀ ਮਤਰੀ ਮਾਂ ਨੇ ਉਸਦੀ ਮੇਰ ਕਰਕੇ ਬਰਿਆਮ ਸਿੰਘ ਨੂੰ ਕਿਹਾ ਬੀਬੀ ਸਹੀ ਕਹਿੰਦੀ ਆ ਬਾਪੂ ਜੀ ਭੈਣ ਵਿਚਾਰੀ ਹੋਰ ਕਿੱਥੇ ਜਾਂਦੀ ਤੁਸੀਂ ਉਸਦੀ ਪੂਰੀ ਗੱਲ ਸੁਣੇ ਬਿਨਾ ਹੀ ਡਾਟਤੀ ਮਾਖੀ ਦੇ ਭਰਾ ਨੇ ਕਿਹਾ ਜੋ ਹੁਣ ਉਹੀ 15 ਸਾਲਾਂ ਦਾ ਹੋ ਗਿਆ ਸੀ ਠੀਕ ਆ ਤੁਸੀਂ ਹੀ ਦੋਨੋਂ ਜਾਇਓ ਇਸ ਨੂੰ ਛੱਡਣ ਕੱਲ ਨੂੰ ਮੈਂ ਨਹੀਂ ਜਾਣਾ ਨਾਲੇ ਬੀਬੀ ਮੇਰੀ ਗੱਲ ਸੁਣ ਲਾ ਕੰਨ ਖੋਲ ਕੇ ਰਾਜੀ ਖੁਸ਼ੀ ਤਾਂ ਇੱਥੇ ਭਵੇਂ 100 ਵਾਰੀ ਆ ਤੇਰਾ ਵੀ ਘਰ ਆ ਪਰ ਜੇ ਲੜਕੀ ਆਈਆਂ ਤਾਂ ਮੇਰੇ ਦਰਵਾਜ਼ੇ ਬੰਦ ਨੇ ਇਨਾ ਕਹਿ ਕੇ ਵਿਰਿਆਮ ਸਿੰਘ ਬਾਹਰ ਨੂੰ ਚਲਾ ਗਿਆ। ਮਾਖੀ ਦੀ ਮਤਰੀ ਮਾਂ ਤੇ ਉਸਦੀ ਦਾਦੀ ਨੇ ਉਸ ਨੂੰ ਹੌਸਲਾ ਦਿੱਤਾ ਤੇ ਕੱਲ ਨੂੰ ਉਸ ਨਾਲ ਜਾਣ ਦੀ ਗੱਲ ਕਰਕੇ ਉਸ ਨੂੰ ਤਸੱਲੀ ਦਿੱਤੀ। ਮਾਖੀ ਨੂੰ ਦੀਪਦੀ ਜਿਆਦਾ ਰਹੀ ਸੀ। ਪਿਪੂਰਾ ਪਰਜਵਾਕ ਪਤਾ ਨਹੀਂ ਕੀ ਕਰਦਾ ਹੋ। ਜਵਾਕ ਦਾ ਪਤਾ ਨਹੀਂ ਕੀ ਹਾਲ ਹੋ। ਰੋਟੀ ਪਤਾ ਨਹੀਂ ਕਿੱਥੋਂ ਖਾਊ। ਮਾਖੀ ਨੇ ਰੋ ਕੇ ਆਪਣੀ ਮਾਂ ਨੂੰ ਕਿਹਾ। ਤੂੰ ਹੁਣ ਨਾ ਫਿਕਰ ਕਰ। ਆਪੇ ਪਿਓ ਪੁੱਤ ਖਾ ਲੈਣਗੇ। ਮਾਖੀ ਦੀ ਮਾਂ ਨੇ ਕਿਹਾ। ਉਧਰ ਦੀਪ ਨੂੰ ਟਾਲ ਦੁਪੱਟੇ ਲਿਉਣ ਲਈ ਪੈਸੇ ਚਾਹੀਦੇ ਸਨ ਉਸ ਨੂੰ ਪਤਾ ਸੀ ਉਸ ਦੀ ਮਾਂ ਪੈਸੇ ਕਿੱਥੇ ਰੱਖਦੀ ਆ ਉਸ ਨੇ ਉਥੋਂ ਪੈਸੇ ਲੈ ਕੇ ਪਹਿਲਾਂ ਮੱਝਾਂ ਲਈ ਪੱਠੇ ਲਿਆਂਦੇ ਫਿਰ ਉਸ ਨੇ ਮੱਝਾਂ ਦਾ ਸ਼ਾਮ ਦਾ ਕੰਮ ਨਿਮੇੜ ਦਿੱਤਾ ਸੀ ਜਦੋਂ ਉਹ ਘਰੇ ਆਇਆ ਤਾਂ ਉਸ ਦੇ ਪਾਪਾ ਦੀ ਸ਼ਰਾਬ ਗੁੁੱਤਰ ਗਈ ਸੀ ਉਸ ਨੇ ਦੀਪ ਨੂੰ ਬੁਲਾ ਕੇ ਕਿਹਾ ਦੀਪ ਪੁੱਤ ਤੂੰ ਆਲੇ ਪੈਸੇ ਭੱਜ ਕੇ ਮੇਰੇ ਲਈ ਇੱਕ ਅਧੀਆ ਸ਼ਰਾਬ ਦਾ ਲੈ ਕੇ ਆ ਆਪਦੀ ਮਾਂ ਨੂੰ ਨਾ ਦੱਸੇ ਹਰਦੀਪ ਸਿੰਘ ਨੇ ਕਿਹਾ ਉਸ ਨੂੰ ਇਹ ਵੀ ਨਹੀਂ ਪਤਾ ਸੀ ਕਿ ਮਾਖੀ ਤਾਂ ਦੋਨੇ ਛੋਟੇ ਬੱਚੇ ਲੈ ਕੇ ਪੀਕੇ ਚਲੀ ਗਈ ਸੀ ਦੀਪ ਆਪਣੇ ਪਾਪਾ ਲਈ ਸ਼ਰਾਬ ਲੈ ਕੇ ਆਇਆ ਉਸੇ ਪਾਪਾ ਨੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਦੀਪ ਟਾਬੇ ਤੇ ਗਿਆ ਉਹਨਾਂ ਦਿਨਾਂ 'ਚ ਟਾਬੇ ਤੋਂ ਦਾਲ ਸਬਜ਼ੀ ਲੈ ਆਉਣ ਲਈ ਘਰੋਂ ਬਰਤ ਲੈ ਜਾਣਾ ਪੈਂਦਾ ਸੀ ਉਹ ਦੁਬਾਰਾ ਘਰੇ ਆਇਆ ਇੱਕ ਪਤੀਲਾ ਲੈ ਕੇ ਗਿਆ ਤੇ ਟਾਬੇ ਤੋਂ ਦਾਲ ਫਰਾਈ ਤੇ ਚਾਹ ਰੋਟੀਆਂ ਲੈ ਆਇਆ ਉਸਨੇ ਆਪਣੇ ਪਾਪਾ ਨੂੰ ਰੋਟੀ ਖਵਾਈ ਫਿਰ ਉਸਨੇ ਆਪਣੇ ਪਾਪਾ ਨੂੰ ਦੁੱਧ ਪਿਲਾਇਆ ਅਗਲੇ ਦਿਨ ਉਹ ਸਕੂਲ ਨਹੀਂ ਗਿਆ ਸਵੇਰੇ ਉੱਠ ਕੇ ਹਰਦੀਪ ਸਿੰਘ ਨੂੰ ਜਦੋਂ ਪਤਾ ਲੱਗਿਆ ਕਿ ਕੱਲ੍ਹ ਦੇ ਉਸਦੀ ਪਤਨੀ ਤੇ ਦੋਨੋਂ ਬੱਚੇ ਨਾਨਕੀ ਚਲੇ ਗਏ ਉਸ ਨੂੰ ਬਹੁਤ ਅਫਸੋਸ ਹੋਇਆ ਕਿ ਉਸਨੇ ਆਪਣੇ ਬੱਚਿਆਂ ਦੇ ਗੁਲੀ ਕਿਉਂ ਚਲਾਈ ਉਸਨੇ ਦੀਪ ਤੋਂ ਸਾਰੀ ਗੱਲ ਪੁੱਛ ਗਿਸਕ ਲਈ ਦੁਪਹਿਰ ਤੱਕ ਮਾਕੀ ਆਪਣੀ ਮਤਰੀ ਮਾਂ ਤੇ ਭਰਾ ਨੂੰ ਲੈ ਕੇ ਆ ਗਏ ਹਰਦੀਪ ਸਿੰਘ ਪਹਿਲਾਂ ਹੀ ਬਹੁਤ ਸ਼ਰਮਿੰਦਾ ਸੀ ਉਸਨੇ ਆਉਂਦੇ ਹੀ ਮਾਫੀ ਮੰਗੀ ਮਾਸੀ ਜੀ ਮੈਂ ਬਹੁਤ ਸ਼ਰਮਿੰਦਾ ਹਾਂ ਮੈਂ ਸ਼ਰਾਬ ਦੇ ਨਸ਼ੇ 'ਚ ਪਤਾ ਨਹੀਂ ਕੀ ਕੀ ਕਰ ਦਿੱਤਾ ਹਰਦੀਪ ਸਿੰਘ ਨੇ ਆਪਣੀ ਸੱਸ ਨੂੰ ਕਿਹਾ ਹਰਦੀਪ ਸਿਆ ਤੂੰ ਪੜਿਆ ਲਿਖਿਆ ਇਹਦੇ ਬਾਪ ਨੇ ਵੀ ਮਾਖੀ ਨੂੰ ਸਮਝਾਇਆ ਵੀ ਜਦੋਂ ਬੰਦਾ ਨਸ਼ੇ 'ਚ ਹੋਵੇ ਗਲਤ ਨਹੀਂ ਬੋਲਣਾ ਚਾਹੀਦਾ ਤੂੰ ਵੀ ਸਿਆਣਾ ਬਣ ਪੁੱਤ ਤੁਸੀਂ ਦੋਵੇਂ ਸਿਆਣੇ ਬਣ ਕੇ ਰਹੋ ਬੱਚਿਆਂ ਵੱਲ ਵੇਖੋ ਮਾਖੀ ਦੀ ਮਾਂ ਨੇ ਹਰਦੀਪ ਸਿੰਘ ਨੂੰ ਸਮਝਾਇਆ ਜਦੋਂ ਮਾਖੀ ਦੀ ਮਤਰੀ ਮਾਨੂੰ ਪਤਾ ਲੱਗਿਆ ਕਿ ਦੀਪ ਨੇ ਇੱਕ ਦਿਨ ਪੂਰਾ ਘਰ ਸੰਭਾਲ ਲਿਆ ਤਾਂ ਉਸਨੇ ਖੁਸ਼ੀ 'ਚ ਦੀਪ ਨੂੰ 10 ਰੁਪਏ ਦਿੱਤੇ ਅਗਲੀ ਦਿਨ ਦੋਜੀ ਨੇ ਵੀ 마ખી ਨੂੰ ਕਿਹਾ ਤੁਹਾਡਾ ਛੋਟਾ ਜਿਹਾ ਮੁੰਡਾ ਕਿੰਨਾ ਸਮਝਦਾਰ ਹੈ ਕੱਲ ਤੁਹਾਡੇ ਤੋਂ ਪਿੱਛੇ ਇਸਨੇ ਸਾਰਾ ਕੰਮ ਆਪ ਕੀਤਾ ਮੈਂ ਤਾਂ ਹੈਰਾਨ ਹੋ ਗਿਆ ਵੇਖ ਕੇ ਹਾਂ ਭਰਾਵਾ ਇਸਨੇ ਆਪਣੇ ਪਿਓ ਨੂੰ ਵੀ ਢਾਬੇ ਤੋਂ ਰੋਟੀ ਲਿਆ ਕੇ ਖਵਾਈ ਤੇ ਨਾਲੇ ਸ਼ਰਾਬ ਪਲਾਈ 마ખી ਤੇ ਦੱਸਿਆ ਵੈਸੇ ਕਮਾਲ ਆ ਇੰਨਾ ਛੋਟਾ ਬੱਚਾ ਕਿੰਨਾ ਸਿਆਣਾ ਦੋਜੀ ਵੀ ਹੈਰਾਨ ਹੋ ਗਿਆ ਸੀ ਕੁਝ ਦਿਨ ਇਸ ਕੰਨਾਂ ਦਾ ਅਸਰ ਰਿਹਾ ਲੜਾਈ ਕੁਝ ਘਟ ਹੋਈ ਪਰ ਹਰਦੇਵ ਨੇ ਨਾ ਸ਼ਰਾਬ ਛੱਡੀ ਤੇ ਨਾ ਉਸਨੇ ਆਪਦੀ ਆਮਦਨ 'ਚ ਕੋਈ ਵਾਅਦਾ ਕੀਤਾ। ਦੀਪ ਨਾ ਚਾਹੁੰਦਾ ਹੋਇਆ ਵੀ ਸਕੂਲ ਜਾਂਦਾ ਰਿਹਾ। ਇੱਕ ਦਿਨ ਸਕੂਲ 'ਚ ਦੀਪ ਦੀ ਪੈਂਟ ਪਿੱਛੋਂ ਫਟ ਗਈ ਕਿਉਂਕਿ ਉਹ ਬਹੁਤ ਪੀੜੀ ਸੀ। ਉਸਨੇ ਕਮੀਜ਼ ਬਾਹਰ ਕੱਢ ਲਿਆ ਤਾਂ ਜੋ ਉਸਦੀ ਫੱਟੀ ਪੈਂਟ ਕਿਸੇ ਨੂੰ ਦਿਖੇ ਨਾ। ਉਸਦੀ ਕਮੀਜ਼ ਪੈਂਟ ਤੋਂ ਬਾਹਰ ਵੇਖ ਕੇ ਕਲਾਸ ਟੀਚਰ ਨੇ ਉਸਨੂੰ ਆਪਣੇ ਕੋਲ ਬੁਲਾਇਆ। ਬੇਕੂਫ ਤੈਨੂੰ ਪਤਾ ਨਹੀਂ ਕਮੀਜ਼ ਪੈਂਟ ਦੇ ਅੰਦਰ ਹੁੰਦਾ। ਤੂੰ ਇਸਨੂੰ ਬਾਹਰ ਕਿਉਂ ਕੱਢਿਆ? ਚਲਕਾਰ ਇਸ ਨੂੰ ਅੰਦਰ ਬਤਮੀਜ਼ ਜਿਹਾ ਮੈਡਮ ਨੇ ਉਸ ਨੂੰ ਡਾਟ ਦੇ ਕਿਹਾ ਮੈਡਮ ਜੀ ਮੇਰੀ ਪੈਂਟ ਫਟ ਗਈ ਜੀ ਇਸ ਲਈ ਕਮੀਜ਼ ਬਾਹਰ ਕੱਢਿਆ ਦੀਪ ਨੇ ਹੌਲੀ ਜਹੀ ਮੈਡਮ ਦੇ ਕੰਨ ਖੁੜ ਕੇ ਕਿਹਾ ਵਖਾ ਜਰਾ ਮੈਡਮ ਨੇ ਉਸ ਦੀ ਬਾਹ ਫੜ ਕੇ ਉਸ ਦਾ ਮੂੰਹ ਦੂਜੇ ਪਾਸੇ ਕਰਕੇ ਉਸ ਦੀ ਫੱਟੀ ਪੈਂਟ ਵੇਖੀ ਮੈਡਮ ਨੇ ਉਸ ਨੂੰ ਚੱਕ ਕੇ ਆਪਣੇ ਟੇਬਲ ਤੇ ਖੜਾ ਕਰ ਲਿਆ ਉਸ ਦਾ ਮੂੰਹ ਬਲੈਕ ਬੋਰਡ ਵੱਲ ਕਰਕੇ ਸਾਰੀ ਕਲਾਸ ਨੂੰ ਉਸ ਦੀ ਫੱਟੀ ਹੋਈ ਪੈਂਟ ਵਿਖਾਈ ਆ ਵੇਖੋ ਇਹ ਹੈ ਮਾਡਲ ਸਕੂਲ ਦਾ ਬੱਚਾ ਇਸ ਦੀ ਪੈਂਟ ਦਾ ਹਾਲ ਵੇਖੋ ਮੈਡਮ ਨੇ ਕਲਾਸ ਦੇ ਬੱਚਿਆਂ ਨੂੰ ਕਿਹਾ ਹਾ 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 ਕਲਾਸ ਦੇ ਸਾਰੇ ਬੱਚੇ ਹੱਸ ਰਹੇ ਸੀ ਪਰ ਦੀਪ ਦੇ ਕੋਮਲ ਮਨ ਤੇ ਜੋ ਬੀਤ ਰਹੀ ਸੀ ਉਸ ਨੂੰ ਉਹੀ ਸਮਝ ਸਕਦਾ ਸੀ ਦੀਪ ਨੂੰ ਮੈਡਮ ਕੋਲੋਂ ਆਪਣੀ ਸੀਟ ਤੇ ਜਾਣਾ ਔਖਾ ਹੋ ਗਿਆ ਉਹ ਹੋਲੀ-ਹੋਲੀ ਤੁਰਦਾ ਆਪਣੀ ਸੀਟ ਤੇ ਪਹੁੰਚ ਗਿਆ ਪਰ ਬੱਚਿਆਂ ਦਾ ਹਾਸਾ ਅਜੇ ਵੀ ਉਸ ਦੇ ਕੰਨਾਂ 'ਚ ਗੂੰਜ ਰਿਹਾ ਸੀ ਇਸ ਸਕੂਲ ਵਾਲੀ ਘਟਨਾ ਨੇ ਦੀਪ ਨੂੰ ਤੁਰੰਦਰੋਂ ਤੋੜ ਦਿੱਤਾ। ਉਸਨੇ ਘਰੋਂ ਆ ਕੇ ਮਾਂ ਨੂੰ ਪੈਂਟ ਵਿਖਾਈ ਤੇ ਮਾਂ ਨੇ ਉਹੀ ਪੈਂਟ ਮਸ਼ੀਨ ਤੇ ਰਿਪੇਅਰ ਕਰ ਦਿੱਤੀ। ਪਰ ਦੀਪ ਅਗਲੇ ਦਿਨ ਉਹੀ ਪੈਂਟ ਪਾ ਕੇ ਸਕੂਲ ਜਾਣ ਨੂੰ ਤਿਆਰ ਨਹੀਂ ਸੀ। ਉਸਨੇ ਇੱਕ ਦੋ ਵਾਰ ਮਾਂ ਨੂੰ ਨਵੀਂ ਪੈਂਟ ਲੈਣ ਲਈ ਕਿਹਾ ਪਰ ਮਾਂ ਨੇ ਸਾਫ਼ ਮਨ੍ਹਾ ਕਰ ਦਿੱਤਾ ਕਿ ਉਹ ਪਹਿਲੀ ਤਰੀਕ ਤੋਂ ਪਹਿਲਾਂ ਨਵੀਂ ਪੈਂਟ ਨਹੀਂ ਲੈ ਕੇ ਦੇ ਸਕਦੀ। ਉਸ ਸਮੇਂ ਅੱਜਕੱਲ੍ਹ ਵਾਂਗ ਪ੍ਰਾਈਵੇਟ ਮਾਡਲ ਸਕੂਲਾਂ ਚੋਂ ਨਾ ਵਰਦੀਆਂ ਮਿਲਦੀਆਂ ਸਨ ਨਾ ਹੀ ਕਿਤਾਬਾਂ ਸਕੂਲ ਚ ਵਰਦੀਆਂ ਤੇ ਕਿਤਾਬਾਂ ਦੇਣਾ ਵਧੀਆ ਗੱਲ ਹੈ ਤਾਂ ਜੋ ਸਾਰੇ ਬੱਚਿਆਂ ਇੱਕੋ ਤਰ੍ਹਾਂ ਦੇ ਕੱਪੜੇ ਦੀਆਂ ਵਰਦੀਆਂ ਪਾਉਣ ਦੀਪ ਆਪਣੀ ਮਾਂ ਨੂੰ ਵੀ ਤੰਗ ਨਹੀਂ ਕਰਨਾ ਚਾਹੁੰਦਾ ਸੀ ਇਸ ਲਈ ਉਸਨੇ ਫੈਸਲਾ ਕੀਤਾ ਕਿ ਉਹ ਪਹਿਲੇ ਤਰੀਕ ਤੱਕ ਸਕੂਲ ਹੀ ਨਹੀਂ ਜਾਏਗਾ ਉਹ ਸਵੇਰੇ ਕਰੋਂ ਸਕੂਲ ਲਈ ਨਿਕਲਦਾ ਪਰ ਸਕੂਲ ਜਾਣ ਦੀ ਬਜਾਏ ਉਹ ਇੱਧਰ ਉੱਧਰ ਘੁੰਮਦਾ ਰਹਿੰਦਾ ਕਦੇ ਕਿਸੇ ਪਾਰਕ 'ਚ ਜਾ ਕੇ ਬੈਠ ਜਾਂਦਾ ਤੇ ਕਦੇ ਕਿਸੇ ਹੋਰ ਪਾਰਕ 'ਚ ਛੁੱਟੀ ਹੋਣ ਵੇਲੇ ਉਹ ਸਕੂਲ ਦੇ ਬਾਕੀ ਬੱਚਿਆਂ ਨਾਲ ਘਰ ਆ ਜਾਂਦਾ ਇਹ ਸਿਲਸਿਲਾ 10 ਦਿਨ ਚੱਲਦਾ ਰਿਹਾ ਉਸ ਵਿਚਾਰੇ ਨੂੰ ਇਹ ਨਹੀਂ ਪਤਾ ਸੀ ਕਿ 10 ਦਿਨਾਂ ਦੀ ਲਗਾਤਾਰ ਗੈਰ ਹਾਜ਼ਰੀ ਕਰਕੇ ਉਸ ਦੇ ਘਰ ਸਕੂਲ ਵੱਲੋਂ ਚਿੱਠੀ ਆ ਜਾਏਗੀ ਜਦੋਂ ਚਿੱਠੀ ਆਈ ਦੀਪ ਸਕੂਲ ਦੇ ਬਹਾਨੇ ਕਰੂੰ ਬਾਹਰ ਸੀ ਹਰਦੀਪ ਸਿੰਘ ਨੇ ਚਿੱਠੀ ਪੜੀ ਤੇ ਮਾਖੀ ਨੂੰ ਕਿਹਾ ਆ ਵੇਗਲਾ ਤੇਰੀ ਲਾਡਲੀ ਦੀ ਕਰਤੂਤ ਲਗਾਤਾਰ 10 ਦਿਨ ਤੋਂ ਸਕੂਲ ਨਹੀਂ ਜਾ ਰਹੀਆ ਹਰਦੀਪ ਸਿੰਘ ਗੁੱਸਾ ਕਰਦੇ ਹੋ ਬੋਲਿਆ ਹੈ 10 ਦਿਨ ਤੋਂ ਸਕੂਲ ਨਹੀਂ ਜਾ ਰਹੀਆ ਇਹ ਕਿਵੇਂ ਹੋ ਸਕਦਾ ਉਹ ਹਰ ਰੋਜ਼ ਘਰੋਂ ਤਾਂ ਟਾਈਮ ਨਾਲ ਸਕੂਲ ਜਾਂਦਾ ਤੇ ਟਾਈਮ ਨਾਲ ਹੀ ਵਾਪਸ ਆਉਂਦਾ ਮਾਖੀ ਨੇ ਹੈਰਾਨ ਹੋ ਕੇ ਕਿਹਾ ਫਿਰ ਆ ਸਕੂਲ ਵਾਲੇ ਝੂਠ ਮਾਰਦੇ ਹੋਣੇ ਆ ਆ ਚਿੱਠੀ ਵਿੱਚ ਉਹਨਾਂ ਸਾਫ਼ ਕਿਹਾ ਹੈ ਕਿ ਉਹ ਪਿਛਲੇ 10 ਦਿਨਾਂ ਤੋਂ ਸਕੂਲ ਨਹੀਂ ਆਇਆ ਉਹਨਾਂ ਮਾਪੇ ਨੂੰ ਮਿਲਣ ਲਈ ਬੁਲਾਇਆ ਹੈ ਹਰਦੇਵ ਸਿੰਘ ਨੇ ਕਿਹਾ ਆ ਜਾਣਦੇ ਉਹ ਅੱਜ ਘਰੇ ਪੁੱਛਦੀਆਂ ਮੈਂ ਉਸ ਨੂੰ ਮਾਖੀ ਨੇ ਕਿਹਾ ਤੂੰ ਪੁੱਛ ਲਈ ਮੈਂ ਚੱਲਿਆ ਮੈਂ ਤਾਂ ਸ਼ਾਮ ਨੂੰ ਹੀ ਆ ਕੇ ਪੁੱਛੂੰ ਹਰਦੇਵ ਸਿੰਘ ਨੇ ਕਿਹਾ ਤੇ ਹੋ ਚਲਾ ਗਿਆ ਦੀਪ ਛੁੱਟੀ ਦੇ ਵਕਤ ਜਿਉਂ ਹੀ ਘਰੇ ਆਇਆ ਮਾਖੀ ਨੇ ਆ ਵੇਖਿਆ ਨਾ ਤਾਵ ਚਪੇੜਾਂ ਦੀ ਬਰਸ਼ਾਤ ਕਰ ਦਿੱਤੀ ਤੂੰ ਸਕੂਲ ਨਹੀਂ ਜਾਂਦਾ ਰੋਜ ਕਿੱਥੇ ਜਾਂਦਾ ਤੂੰ ਦੱਸ ਦੇ ਮੈਨੂੰ ਅੱਜ ਜਾਂ ਤਾਂ ਤੂੰ ਨਹੀਂ ਜਾਂ ਮੈਂ ਨਹੀਂ ਮਾਖੀ ਗੁੱਸੇ 'ਚ ਬੋਲ ਰਹੀ ਸੀ ਨਾਲੇ ਉਸ ਨੂੰ ਕੁੱਟ ਰਹੀ ਧੰਵਾਜੇ ਬਾਕੀ ਕੱਲ ਦੀ ਵੀਡੀਓ 'ਚ ਜਾਰੀ ਰੱਖਾਂਗੇ ਜੀ ਬਨੇਰੀਓ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਜੋੜ ਦੱਸਿਓ ਕਿ ਅੱਜ ਦਾ ਭਾਗ ਤੁਹਾਨੂੰ ਕਿਵੇਂ ਲੱਗਿਆ ਸੈ ਸ਼ੀਕਲ ਜੀ